ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਅੱਜ ਆਪਣੇ ਕਾਲਜ ਵਿੱਚ ਓਰੀਐਂਟੇਸ਼ਨ ਡੇ ਆ। ਤੁਹਾਨੂੰ ਅੱਜ ਦਿਖਾਉਂਗੇ ਬੱਚੇ ਆਉਂਗੇ ਨਵੇਂ ਨਵੇਂ, ਉਹਨਾਂ ਨੂੰ ਨਵੀਂ ਨਵੀਂ ਐਕਟੀਵਿਟੀ ਦਿਖਾਉਂਗੇ ਔਰ ਤੁਹਾਨੂੰ ਇਸ ਬਲੌਗ 'ਚ ਦਿਖਾਉਂਗੇ ਕਿ ਬੱਚੇ ਕਿਆ ਕਿਆ ਐਕਟੀਵਿਟੀ ਕਰ ਰਹੇ ਆ ਔਰ ਤੁਹਾਨੂੰ ਦਿਖਾਉਂਗੇ ਕਿ ਅਸੀਂ ਕੀ ਡੈਕੋਰੇਸ਼ਨ ਕੀਤਾ ਬੱਚਿਆਂ ਵਾਸਤੇ। ਤੋ ਲੈਟਸ ਗੋ, ਤੁਹਾਨੂੰ ਦੇਖਦਾ ਹੋਣਾ ਐਂਟਰੀ ਗੇਟ ਜੀ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਬਲੌਗ ਤੁਹਾਨੂੰ ਵਧੀਆ ਲੱਗੇ, ਲਾਈਕ ਸ਼ੇਅਰ ਕਮੈਂਟ ਕਰ ਦਿਓ। ਮੁੰਡੇ ਨੂੰ ਬਹੁਤ ਮਿਹਨਤ ਕਰਦਾ ਮੇਰਾ ਭਰਾ, ਅਤੇ ਇੱਦਾਂ ਹੋਰ ਘੈਂਟ ਘੈਂਟ ਬਲੌਗ ਆਉਂਦੇ ਰਹੋਗੇ। ਬਸ ਚੈਨਲ ਸਬਸਕ੍ਰਾਈਬ ਕਰ ਲਿਓ ਮੁੰਡੇ ਦਾ, ਖਿੱਚ ਕੇ ਰੱਖ ਕੰਮ ਦੀਆ। ਓਕੇ ਵੀਰੇ, ਓਕੇ। ਚਲੋ ਅਸੀਂ ਚੱਲਦੇ ਫਿਰ ਅੰਦਰ, ਤੁਹਾਨੂੰ ਦਿਖਾਉਂਗੇ ਬੱਚੇ। ਰੰਗੋਲੀ ਬਣਾਈ ਹੋਈ ਹੈ ਬੱਚੇ ਵਾਸਤੇ, ਦੇਖੋ ਕਿੰਨੀ ਡੈਕੋਰੇਟ ਵਧੀਆ ਕੀਤੀ ਹੋਈ ਆ। ਦੇਖੋ ਐਂਟਰੀ ਗੇਟ ਬਈ, ਵੈਲਕਮ ਟੂ ਸਟੂਡੈਂਟ ਬੈਚ 2023। ਤੁਸੀਂ ਦੇਖ ਸਕਦੇ ਹੋ ਅਸੀਂ ਰਿਸੈਪਸ਼ਨ ਹਾਲ 'ਚ ਆ ਚੁੱਕੇ ਹਾਂ। ਦੇਖੋ ਤੁਸੀਂ ਕਿੰਨਾ ਵਧੀਆ ਹੋਇਆ ਆਲਰੇਡੀ ਰਿਸੈਪਸ਼ਨ ਬੱਚਿਆਂ ਵਾਸਤੇ ਕੀਤੀ ਹੈ, ਰੰਗੋਲੀ ਬੱਚਿਆਂ ਵਾਸਤੇ ਬਣਾਈ ਹੋਈ ਆ। जी मैं, हम आज ओरिएंटेशन डे प्रोग्राम है तो हम इंजॉय कर रहे हैं विद स्टूडेंट्स के साथ, तो मज़े कर रहे हैं आज। अच्छा अच्छा खाने को मिल रहा है, बच्चों को इंजॉय कर रहे हैं, अपने पेरेंट्स के साथ आ रहे हैं, सारे इंजॉय कर रहे हैं, हम लोग भी आज इंजॉय कर रहे हैं। तो ये फंक्शन जो है 3 दिन चलेगा, 21, 22 and 23 अगस्त तक। तो वो क्लासेस ऑफ रहेंगी आपकी, तो जो आपके फर्स्ट ईयर वाला बैच है उनकी क्लासेस स्टार्ट रहेंगी। और कौन से चल रहे हैं जैसे अपना बच्चे दी एंट्री हो रही है। कई देख सकते हो सारे, आप बैठ सर, आप क्या कहना चाहते हैं। देखो मैं बैठा हूँ रजिस्ट्रेशन काउंटर पे, रजिस्ट्रेशन कर रहा हूँ बीटेक की। अच्छा सर, ठीक है। जी जी कॉलेज ठीक है, देख लिया फिर। अभी देखो हम चले अभी सेमिनार हॉल च, सेमिनार हॉल च ਆ। ਦੇਖੋ ਕਲਾਸਾਂ ਲੱਗਦੀਆਂ ਹੋਈਆਂ, ਟੀਚਰ ਪੜ੍ਹਾ ਰਹੇ ਆ। ਹਾਂ ਜੀ, ਸੈਸ਼ਨ ਹਾਲ ਆ, ਸੈਮੀਨਾਰ ਹਾਲ ਆ ਸਾਹਮਣੇ। ਆ ਨਿਰਮਲ ਭਾਈ ਆਪਣਾ ਆ ਹਾਲ ਲੱਗੀ, ਸੈਮੀਨਾਰ ਹਾਲ ਦੇਖੋ। ਦੇਖੋ ਨਿਊ ਸਟੂਡੈਂਟ ਆਉਂਦੇ ਪਏ ਨੇ, ਹੋ ਰਹੀ ਹੈ ਸਟੂਡੈਂਟ ਦੇ ਵਿੱਚ ਕੁਛ ਨਾ ਕੁਛ ਟੀਚਰ ਦੇ ਵਿੱਚ। ਇਹਦਾ ਮੈਂ ਪਰ ਮੋਲੀ ਨਾ ਜਾਣ ਲੱਗਿਆ ਜੀ ਸਰ, ਨਹੀਂ ਤਾਂ ਨਹੀਂ ਚਾਹੁੰਦੀ ਹਾਂ ਕਿਸੇ ਕੋਲ। ਸਤਿ ਸ਼੍ਰੀ ਅਕਾਲ ਜੀ, ਬੜਾ ਵੀ ਸੀਨੀਅਰ ਹੈ ਕੰਮ ਆਇਆ ਹੋਇਆ ਕੋਈ, ਇਹਨੇ ਜਾਨ ਦੇਖ ਨਹੀਂ ਰਿਹਾ ਦੇਣੀ ਹੈ।
ਸੈਲੇਬਰ ਸੀ ਸੈਮੀਨਾਰ ਹਾਲ 'ਚ ਇੱਕ ਦੁਬਾਰਾ ਧਿਆਨ ਨਾਲ ਜੇ ਦੇਖੋ ਕਿ ਜਿਹੜੇ ਸਟੂਡੈਂਟਸ ਨੇ ਸਾਰੇ ਨਿਊ ਸਟੂਡੈਂਟਸ ਨੇ ਰੀਜੀਅਸ ਕਾਲਜ ਵਿੱਚ ਕਈ ਐਡਮਿਸ਼ਨ ਕਰਵਾਏ ਹੋਏ ਜਿਵੇਂ ਕਿ ਬੀ ਸੀ ਏ ਬੀ ਟੈਕ ਔਰ ਬੀ ਬੀ ਏ ਵਾਸਤੇ ਐਡਮਿਸ਼ਨ ਕਰਵਾਏ ਹੋਏ ਆ ਆਹ ਸਟੂਡੈਂਟਸ ਨੇ ਜਿਹੜੇ ਨਿਊ ਸਟੂਡੈਂਟਸ ਕਰਵਾਏ ਆ ਸਾਡਾ ਮੇਨ ਆਫਿਸ ਹੈ ਜੀ ਅਸੀਂ ਅੰਦਰ ਚੱਲੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਸਰ ਹੋਰ ਸਰ ਤੁਹਾਨੂੰ ਕਿੱਦਾਂ ਲੱਗਿਆ ਜਿਹੜੇ ਨਵੇਂ ਸਟੂਡੈਂਟ ਸਾਰੇ ਨੇ ਬਹੁਤ ਵਧੀਆ ਲੱਗਾ ਬਹੁਤ ਫ੍ਰੀ ਐਡਮਿਸ਼ਨ ਹੋ ਰਹੀ ਹੈ ਡੀਟੀਐਸ ਕਾਲਜ ਆਫ ਮਾਡਰਨ ਟੈਕਨੋਲੋਜੀ ਵਿੱਚ ਬੀ ਸੀ ਏ ਬੀ ਬੀ ਏ ਐਂਡ ਬੀ ਟੈਕ ਦੇ ਵਿੱਚ ਅੱਛੀ ਐਡਮਿਸ਼ਨ ਹੈ ਬੱਚੇ ਸਾਡੇ ਕੋਲ ਫੀਸ ਵਗੈਰਾ ਡਿਪੋਜ਼ਿਟ ਕਰਾਉਣਾ ਆਉਂਦੇ ਤਾਂ ਸਾਨੂੰ ਵਧੀਆ ਲੱਗਦਾ ਹੋਰ ਅੱਜ ਜਿਹੜੇ ਨਵੇਂ ਬੱਚੇ ਆ ਰਹੇ ਆ ਅੱਜ ਉਹਨਾਂ ਦੀ ਰੀਪ੍ਰਜੈਂਟੇਸ਼ਨ ਹੋ ਰਹੀ ਹੈ ਅਤੇ ਨਾਲ ਹੀ ਸਾਡੇ ਕਾਲਜ ਦੇ ਵਿੱਚ ਗਰਾਊਂਡ ਹੈਗੇ ਸਾਰੇ ਉਹਨਾਂ ਗੇਮਸ ਵਗੈਰਾ ਵੀ ਹੁੰਦੀਆਂ ਨਾਲ ਦੀ ਨਾਲ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਏਗੀ ਅਤੇ ਨਾਲ ਜਿਹੜੇ ਉਹਨਾਂ ਦੇ ਮੰਮੀ ਪੇਰੈਂਟਸ ਆਉਣਗੇ ਉਹਨਾਂ ਵਾਸਤੇ ਲੰਚ ਦਾ ਵੀ ਇੰਤਜ਼ਾਮ ਕੀਤਾ ਗਿਆ ਕਾਲਜ ਦਾ ਓਕੇ ਓਕੇ ਥੈਂਕ ਯੂ ਸਰ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਨਾਲ ਦੋ ਗੱਲਬਾਤ ਕੀਤੀ ਹੈ ਜਿਹੜੀ ਸਾਡੇ ਦੱਸਿਆ ਕਿ ਬੱਚਿਆਂ ਬਾਰੇ ਕਿ ਆਪਾਂ ਕਿੱਦਾਂ ਨਿਆਣੇ ਆਉਂਗੇ ਹੁਣ ਉਹ ਦਿਖਾਉਂਗੇ ਤੁਹਾਨੂੰ ਹਾਂ ਅਸੀਂ ਆ ਗਏ ਹਾਂ ਲਾਇਬ੍ਰੇਰੀ ਇੱਥੇ ਅਸੀਂ ਪੜ੍ਹਦੇ ਹਾਂ ਬਾਕੀ ਸਾਰੀ ਬੁੱਕਾਂ ਉਰੇ ਮਿਲਦੀਆਂ ਜਿਹੜੀ ਮਰਜ਼ੀ ਪੜ੍ਹ ਸਕੇ ਤੁਸੀਂ ਹਾਂ ਸਾਡੇ ਟੀਚਰ ਨੇ This is our library. Our library has 30,000 printed books and 7 journals and 7 newspapers. Library is open for morning 9 a.m. to 4:30 p.m. every day. Okay, thank you. ਹਾਂ ਤੁਸੀਂ ਹੁਣ ਦੇਖ ਸਕਦੇ ਕਿ ਲਾਇਬ੍ਰੇਰੀ ਹੈਗੀ ਆ ਉਹਦੇ ਸਾਰੀਆਂ ਬੁੱਕਾਂ ਹੁੰਦੀਆਂ ਨੇ ਮੈਕੈਨੀਕਲ ਦੀ ਬੁੱਕ ਹੁੰਦੀ ਆ ਔਰ ਇਲੈਕਟ੍ਰੀਕਲ ਦੀ ਬੁੱਕ ਹੁੰਦੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੰਨੀ ਵਧੀਆ ਲਾਇਬ੍ਰੇਰੀ ਹੈਗੀ ਆ ਕਿੰਨੀ ਸਾਫ਼ ਸਫਾਈ ਆ ਕਈ ਲੋਕ ਤਾਂ ਕਹਿੰਦੇ ਕਿ ਲਾਇਬ੍ਰੇਰੀ 'ਚ ਸਾਫ਼ ਸਫਾਈ ਨਹੀਂ ਤੁਸੀਂ ਇਹ ਦੇਖ ਸਕਦੇ ਹੋ ਕਿੰਨੀ ਲਾਇਬ੍ਰੇਰੀ 'ਚ ਸਾਫ਼ ਸਫਾਈ ਆ ਆ ਦੇਖੋ ਟੇਬਲ ਟਿਊਬਲ ਔਰ ਜਿਹੜੀ ਕਿਤਾਬਾਂ ਲੱਗੀਆਂ ਉਹ ਕਿੰਨੀਆਂ ਸਾਫ਼ ਸੁਥਰੀਆਂ ਨੇ ਇਹ ਜੀਜਸ ਕਾਲਜ ਖਾਨਪੁਰ ਸਾਈਡ ਆ ਕਰ ਲਈ ਆ ਹੁਣ ਚੱਲਦੇ ਹਾਂ ਅੱਗੇ ਆ ਦੇਖੋ ਉਰੇ ਕੋਈ ਰੈਗਿੰਗ ਰੂਗ ਨਹੀਂ ਆਉਂਦੀ ਸੀ ਦੇਖਦੇ ਹਾਂ ਹੋਰ ਕਿੱਥੇ ਤੁਸੀਂ ਦੇਖੋ ਇਹ ਜੀਜੀਐਸ ਕਾਲਜ ਆ ਇਹ ਖਾਨਪੁਰ ਸਾਈਡ ਵੀ ਹੈ ਤੁਹਾਨੂੰ ਦੱਸਿਆ ਸੀ ਤੁਹਾਨੂੰ ਲਿੰਕ 'ਚ ਡਿਸਕ੍ਰਿਪਸ਼ਨ 'ਚ ਦੱਸੋ ਲਿੰਕ ਦੇ ਦੂੰਗੇ ਇਹਦਾ ਕਾਲਜ ਦਾ ਤੁਸੀਂ ਆ ਕੇ ਉਰੇ ਐਡਮਿਸ਼ਨ ਕਰਾ ਸਕਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਜੀ ਆਹ ਪਲੇਗਰਾਊਂਡ ਹੈ ਜਿੱਥੇ ਬੱਚਿਆਂ ਦੀ ਹੁਣ ਐਕਟੀਵਿਟੀ ਹੋਊਗੀ ਜਿਹੜੇ 3 ਦਿਨ ਐਕਟੀਵਿਟੀ ਹੋਊਗੀ ਤੁਹਾਨੂੰ ਬਲੌਗ 'ਚ ਜ਼ਰੂਰ ਦਿਖਾਉਂਗੇ ਐਕਸਕਿਊਜ਼ ਮੀ ਵੀਰ
ਜਿਹੜੇ ਜਿਹੜੇ ਨਵੇਂ ਸਟੂਡੈਂਟਸ ਆਏ ਨੇ ਆ ਹਾਂਜੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਵਧੀਆ ਐਡਮਿਸ਼ਨ ਕਰਾ ਰਹੇ ਬੱਚੇ ਹੋਰ ਅਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਨਾਲ ਪੇਜ ਜਿੱਤੀ ਆ ਉਹ ਬੱਚਿਆਂ ਬਾਰੇ ਜਿੱਤੀ ਸੀ ਆਹ ਬੱਚੇ ਨੇ ਹੈਗੇ ਇਹ ਦੇਖੋ ਬਾਈ ਸਰ ਇਹਨਾਂ ਨੂੰ ਸਾਰੇ ਨੂੰ ਕਾਲਜ ਘੁਮਾ ਰਹੇ ਜਿਹੜੇ ਨਵੇਂ ਬੱਚੇ ਆਏ ਨੇ ਟੂਰ ਕਰਾ ਰਹੇ ਕਾਲਜ ਦਾ ਦਿਖਾਉਂਗੇ ਕਿ ਕਿਹੜੇ ਕਿਹੜੇ ਲੈਕਚਰ ਲੱਗ ਰਹੇ ਨੇ ਤੋ ਗਾਈ ਦੇ ਸਕਦੇ ਇਹਨਾਂ ਨੂੰ ਪੂਰੇ ਕਾਲਜ ਦੀ ਵਿਜਿਟ ਕਰਾ ਰਹੇ ਹਾਂ ਕਿ ਕਿਆ ਕਿਆ ਹੋ ਰਿਹਾ ਜਿੱਦਾਂ ਦੀ ਕਲਾਸ ਆ ਖੇਤਾਂ ਹੁਣ ਲਾਇਬ੍ਰੇਰੀ 'ਚ ਨਿਕਲੇ ਹਾਂ ਵਿਜਿਟ ਕਰਾਉਣ ਲੱਗੇ ਸੀ ਆਹ ਦੇਖ ਕੇ ਆਏ ਹਾਂ ਲਾਇਬ੍ਰੇਰੀ ਆਹ ਨਿਊ ਸਟੂਡੈਂਟਸ ਨੇ ਚਲੇ ਫਿਰ ਮਾਰ 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 ਦੇਖਣੀ ਆ ਸੋ ਗਾਈਸ ਤੁਹਾਨੂੰ ਓਰੀਐਂਟੇਸ਼ਨ ਡੇ ਦਾ ਵਲੌਗ ਕਿੱਦਾਂ ਲੱਗਾ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਯੋ